ਅਸਲਾਮੁਅਲੈਕੁਮ ਜੀ ਵੀਰਨ ਵੀਰਨਿਓ ਕੀ ਹਾਲ ਹੈ ਤੁਸੀਂ ਠੀਕ ਹੋ ਅੱਜ ਦੀ ਵੀਡੀਓ ਚ ਬਹੁਤ ਕੁਛ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਸਭ ਤੋਂ ਪਹਿਲੇ ਤੇ ਇੱਥੇ ਚਿਕਨ ਲੈਗਸ ਮੈਂ ਲਈਆਂ ਨੇ ਕੋਈ 10 12 ਜਿੰਨਾ ਜਿੱਦਾਂ ਨਿੰਬੂ ਤੰਦੂਰੀ ਮਸਾਲਾ ਜਿੰਜਰ ਗਾਰਲਿਕ ਔਰ ਨਮਕ ਮਿਰਚ ਸੁੱਕਾ ਧਨੀਆ ਜੀਰਾ ਗਰਮ ਮਸਾਲਾ ਜੋ ਤੁਸੀਂ ਪਾਣਾ ਪਾ ਕੇ ਤੁਸੀਂ ਇਹਨੂੰ ਮੈਰੀਨੇਟ ਕਰਕੇ ਰੱਖ ਦੋ ਤੋ ਜੀ ਇਧਰ ਸੇ ਮੇਰੇ ਹਸਬੰਡ ਮੀਟ ਲੈ ਕੇ ਆਏ ਥੇ ਇੱਥੇ ਸ਼ਾਮ ਦੀ ਇਫਤਾਰੀ ਦੀ ਜਿਹੜੀ ਉਹ ਤਿਆਰੀ ਹੋ ਰਹੀ ਸੀ ਤੇ मैं आलू जड़े ने ਉਹ उबाल ले ਸਨ क्योंकि मैं ਅੱਜ बनाने ने समोसे ਇਹ ਮੈਂ ਆਪਕੀ ਦੁਆਰ ਕਰਕੇ ਇਨਵੀਟੇਸ਼ਨ ਅਭੀ ਭੇਜ ਰਹੀ ਹੂੰ ਕਿਉਂਕਿ ਫਿਰ ਰੋਜ਼ੋਂ ਕੇ ਫੌਰਨ ਬਾਅਦ ਹਮੇਂ ਟਾਈਮ ਨਹੀਂ ਮਿਲਣਾ ਅੱਛਾ ਇਹ ਮਾਰਕੀ ਵਾਲੋਂ ਕਾ ਮੈਸੇਜ ਆਇਆ ਹੈ ਇਹ ਮੈਂ ਜ਼ਰਾ ਦੇਖੂ ਇਸ ਕੋ ਮੈਨੇ ਕਹਾ ਥਾ ਡੈਕੋਰੇਸ਼ਨ ਜੈਸਾ ਆਪਕਾ ਸੂਟ ਹੈ ਨਾ ਵੈਸੀ ਹੀ ਕਰੇ ਕਾ ਮੈਸੇਜ ਆਇਆ ਹਾਂਜੀ ਮੈਂ ਐਂਡ ਫਲੇਵਰ ਬਾਲ ਤੁਸੀਂ ਚੰਨੀਆਂ ਕੁੱਕ ਕੀਤੀਆਂ ਹਨਾ ਤਿੰਨ ਤੇ ਫਲੇਵਰ ਬਾਲ ਵੀ ਚਾਹੀਦੀ ਹੈ ਜੇ ਫਲੇਵਰ ਬਾਲ ਚਾਹੀਦੀ ਪਰ ਮੈਨੂੰ ਦੱਸ ਦੋ ਕੋਈ ਨਾ ਮੈਂ ਉਹ ਵੀ ਕਰਤਾ ਹਾਂ ਦੇਖੋ ਕਿਤਨੀ ਅੱਛੀ ਪੰਜਾਬੀ ਲੱਗ ਕਿਤਨਾ ਅੱਛਾ ਬੋਲਦੇ ਹੈ ਅੱਛਾ ਚਲੋ ਮੈਂ ਬਾਕੀ ਵੀ ਫਿਰਜੂ ਤਾਂ ਕਿ ਫਿਰ ਮੈਨੂੰ ਪਤਾ ਹੋ ਕਿਸ ਕਿਸ ਨੂੰ ਬੁਲਾਣਾ ਹੈ ਅੱਜ ਜੀ ਬਸ ਫਿਰਹੀ ਕੋਸ਼ਿਸ਼ ਵਿੱਚ ਹੈ ਵੀ ਕੰਮ ਚੱਲਦੇ ਰਹੇ ਬੇਟੀ ਦੇ ਹਵਾਲੇ ਨਾਲ ਵੀ ਬਹੁਤ ਸਾਰੇ ਕੰਮ ਨੇ ਮੇਰਾ ਦਿਮਾਗ ਹੈ ਇਸ ਵੇਲੇ ਮੈਨੂੰ ਸਮਝ ਨਹੀਂ ਆਂਦੀ ਮੈਂ ਕੀ ਕਰਨੀ ਆ ਮੈਂ ਕੀ ਸੋਚਨੀ ਆ ਮੈਂ ਕੀ ਕਰਨਾ ਹੈ ਬਸ ਦਿਮਾਗ ਇੰਜ ਹੀ ਮੇਰਾ ਗਵਾਚਾ ਜਿਹਾ ਰਹਿੰਦਾ ਹੈ ਪਰ ਵਿੱਚ ਕੰਮ ਮੈਂ ਕਰਦੀ ਹੁੰਨੀ ਆ ਪਰ ਮੇਰੇ ਦਿਮਾਗ ਚ 100000 ਸੋਚਾਂ ਜਿਹੜੀਆਂ ਨੇ ਨਾ ਉਹ ਫਿਰਦੀਆਂ ਹੁੰਦੀਆਂ ਨੇ ਤੇ ਇੱਥੇ ਮੈਂ ਜੀ ਜਿਹੜਾ ਚਿਕਨ ਮੈਰੀਨੇਟ ਕੀਤਾ ਸੀ 4 ਤੋਂ 5 ਘੰਟੇ ਮੈਰੀਨੇਟ ਰਿਆ ਤੇ ਇਹ ਸਮੋਸਿਆਂ ਦੀ ਜਿਹੜੀ ਡੋ ਜਿਹੜੀ ਐ ਮੈਂ ਇੰਜ ਇਹਦੇ ਛੋਟੇ-ਛੋਟੇ ਪੀਸ ਜਿਹੜੇ ਨੇ ਉਹ ਕਰ ਲੇ ਕਾਫੀ ਹਾਰਡ ਜਿਹੜੀ ਆ ਬਣੀ ਤੇ ਬਸ ਇਨ ਨੂੰ ਮੈਂ ਰੱਖ ਦਿੱਤਾ ਫਿਰ oven ਦੇ ਵਿੱਚ ਮੈਂ ਕਿ ਜਿੰਨੀ ਦੇਰ ਸਮੋਸੇ ਬਣਦੇ ਨੇ ਇਹਨਾਂ ਨੂੰ ਮੈਂ ਹਲਕੀ ਅਗ ਤੇ ਚਿਕਨ ਨੂੰ ਰੱਖ ਦਵਾਂ roast ਹੋਣ ਵਾਸਤੇ ਤੇ ਇੱਧਰ ਮੈਂ ਸਮੋਸਿਆਂ ਦੀ ਜਿਹੜੀ ਇਹ ਫਿਲਿੰਗ ਉਹ ਤਿਆਰ ਕਰਨੀ ਸੀ ਆਲੂ ਜਿਹੜੇ ਨੇ ਉਬਾਲ ਕੇ ਉਹਨਾਂ ਚ ਪਾ ਲਿਆ ਧਨੀਆ ਸੁੱਕੇ ਧਨੀਏ ਨੂੰ ਮੈਂ ਇਸ ਤਰ੍ਹਾਂ ਜਿਹੜਾ ਇਹ ਕਰ ਲਿਆ ਗ੍ਰਾਈਂਡ ਨਹੀਂ ਇੰਜ ਦਾਦਰ ਜਿਹਾ ਕਰ ਲਿਆ ਤੇ ਸੁੱਕਾ ਧਨੀਆ ਜੀਰਾ ਗਰਮ ਮਸਾਲਾ ਨਮਕ ਮਿਰਚ ਐ ਸਾਰਾ ਕੁਸ਼ਪਾ ਕੇ ਅਸੀਂ ਇਹਨੂੰ ਫਿਰ ਮਿਕਸ ਕਰ ਲੈਣਾ ਸੀ ਤੇ ਜੀ ਇੱਥੇ ਮੈਂ ਫਿਰ ਪੇੜੇ ਬਣਾ ਲਏ ਛੋਟੇ ਛੋਟੇ ਜੇ ਓਏ ਹੋਏ ਹੋਏ ਏਡਾ ਸਖਤ ਆਟਾ ਏਡਾ ਸਖਤ ਆਟਾ ਤੁਸੀਂ ਗੁੰਨਣਾ ਕਿ ਤੁਹਾਡੀ ਇੱਕ ਵਾਰ ਛੋਟੀ ਤੇ ਇੱਕ ਵੱਡੀ ਹੋ ਜਾ ਉਹਨੂੰ ਗੁੰਨ ਗੁੰਨ ਕੇ ਹੈ ਤੇ ਬਸ ਮੈਂ ਕਿਹਾ ਬਸ ਅੱਜ ਬਣਾ ਲੈਨੇ ਹੁਣ ਨਹੀਂ ਮੈਂ ਐ ਵਾਲੀ ਡੋ ਵਾਲੇ ਸਮੋਸੇ ਬਣਾਣੇ ਇਹਨੇ ਤੇ ਮੇਰੀਆਂ ਬਾਹਾਂ ਦੇ ਵਿੱਚੋਂ ਧੂਆ ਕੱਢ ਚੜਾ ਬਸ ਜੇ ਫਿਰ ਉਸਕੋ ਹਮਨੇ ਇਸ ਤਰ੍ਹਾਂ ਸੇ ਵਿੱਚ ਮੇ ਸੇ ਕਾਟਾ ਮਾਰ ਲਿਆ ਦੇਖੇ ਕਿੰਨੇ ਜਿਹੜੇ ਨੇ ਵਧੀਆ ਜਿਹੜੀ ਉਹ ਬਣੀਆਂ ਫਿਰ ਇਸ ਤਰ੍ਹਾਂ ਚੀਜ਼ਾਂ ਔਰ ਇਸਕੋ ਫਿਰ ਅਬ ਹਮਨੇ ਫਿਲਿੰਗ ਕਰਨੀ ਹੈ ਸਮੋਸੋਂ ਕੀ ਇਧਰੋਂ ਜੀ ਆਵਾਮ ਆ ਜਾਂਦੀ ਹੈ ਫਿਰ ਆਪਣਾ ਮਤਲਬਾ ਲੈ ਕੇ ਕਿੰਨੀ ਦੇਰ ਹੈ ਹਲੇ ਪ੍ਰੋਗਰਾਮ ਕਿਦੋਂ ਸ਼ੁਰੂ ਹੋਣਾ ਹੈ ਮੈਂ ਕਿਹਾ ਪ੍ਰੋਗਰਾਮ ਹੁਣੇ ਸ਼ੁਰੂ ਹੋ ਜਾਣਾ ਹੈ ਤੁਸੀਂ ਫਿਕਰ ਨਾ ਕਰੋ ਤੇ ਜੀ ਇੱਥੇ ਅਸੀਂ ਸਮੋਸਿਆਂ ਨੂੰ ਵਾਰੀ-ਵਾਰੀ ਪਰਨਾ ਸ਼ੁਰੂ ਕੀਤਾ ਤੇ ਵੇਖੋ ਕਿੱਡੇ ਸੋਹਣੇ ਵੈਸੇ ਬਣਦੇ ਗਏ ਤੇ ਇਹ ਵੇਖੋ ਆਰਾਮ ਨਾਲ ਹੀ ਬੰਦ ਹੋ ਜਾਂਦੇ ਨੇ ਇਹਨਾਂ ਨੂੰ ਕੋਈ ਪਾਣੀ-ਛਾਣੀ ਲਾਉਣ ਦੀ ਜ਼ਰੂਰਤ ਨਹੀਂ ਮੈਂ ਵਸੇ ਪਾਣੀ ਦੀ ਕੋਲੀ-ਕੋਲ ਰੱਖ ਲਈ ਸੀ ਮੈਂ ਕਿਹਾ ਇਹ ਮੈਂ ਕਦੇ ਲਈ ਲਾਖ ਲਿਆ ਤੇ ਡੋਈਏ ਨੇ ਤੇ ਆਪਣੇ ਆਪ ਬੰਦ ਹੋ ਜਾਣਾ ਬੜੀ ਸੋਹਣੀ ਤੇ ਬਸ ਜੀ ਸਮੋਸੇ ਵੈਸੇ ਨਾ ਬਚਪਨ ਚ ਕਦੀ ਰੇੜੀ ਤੋਂ ਲੈ ਕੇ ਖਾਣੇ ਅੱਬੂ ਕੋਲੋਂ ਬੜੀਆਂ ਝੜਕਾਂ ਪੈਣੀਆਂ ਉਹ ਕਹਿੰਦੇ ਸਨ ਰੇੜੀ ਤੇ ਨਹੀਂ ਖਲੋਣਾ ਤੁਸੀਂ ਤੇ ਬਸ ਇਨਾ ਕੋਈ ਸ਼ੌਕ ਨਹੀਂ ਸੀ ਨਾ ਬਣਾਣੇ ਆਂਦੇ ਸਨ ਬਸ ਇੰਜ ਹੀ ਬੰਦਾ ਹੌਲੀ ਹੌਲੀ ਸਿੱਖ ਜਾਂਦਾ ਸਾਰਾ ਕੁਝ ਉੱਥੇ ਤੇ ਬਾਜ਼ਾਰਾਂ ਤੋਂ ਹੀ ਮਿਲ ਜਾਂਦੀਆਂ ਨੇ ਸਾਰੀਆਂ ਚੀਜ਼ਾਂ ਅੱਛਾ ਇਸ ਤੇਲ 'ਚ ਨਾ ਮੈਂ ਪਕੌੜੇ ਕੀਤੇ ਸਨ ਫਰਾਈ ਤੇ ਮੈਂ ਕਿਹਾ ਨਾ ਜਰਾ ਸਾਫ਼ ਕਰਾਂ ਤੇ ਬੜਾ ਈਜ਼ੀ ਤਰੀਕਾ ਹੈ ਟਿਸ਼ੂ ਪੇਪਰ ਇੰਜ ਦੇ ਚਰਾ ਕੇ ਛਲਣੀ ਦੇ ਵਿੱਚ ਤੇ ਡレイン ਕਰ ਲੋ ਤੇ ਬੜਾ ਸੋਹਣਾ ਤੁਹਾਡਾ ਸਾਫ਼ ਹੋ ਜਾਏਗਾ ਤੇਲ ਇੱਥੇ ਜੀ ਮੈਂ ਕਿਹਾ ਮੈਂ ਦਹੀਂ ਫੁਲਕੀਆਂ ਬਣਾ ਲਵਾਂ ਆਲੂ ਪਿਆ ਸੀ ਉਬਲਿਆ ਇੱਕ ਵਿੱਚ ਉਹ ਪਾ ਲਿਆ ਇਸ ਤਰ੍ਹਾਂ ਕਰਕੇ ਨਾਲ ਪਿਆਜ਼ ਪਾ ਲੇ ਨਾਲ ਟਮਾਟਰ ਪਾ ਲੇ ਤੇ ਇਹਦੇ ਵਿੱਚ ਵੀ ਫਿਰ ਧਨੀਆਂ ਪਾ ਲਿਆ ਪੁਦੀਨਾ ਪਾ ਲਿਆ ਥੋੜਾ ਜਿਹਾ ਤੇ ਦਹੀਂ ਪੱਲਿਆਂ ਵਾਲਾ ਨਹੀਂ ਮਸਾਲਾ ਹੁੰਦਾ ਉਹ ਪਾ ਕੇ ਜੀ ਮਿਕਸ ਕਰ ਲਿਆ ਬਸ ਪ੍ਰੈਸ਼ਰ ਬੜਾ ਸੀ ਐਸ ਵੇਲੇ ਰੋਜ਼ ਦਾ ਟਾਈਮ ਆਇਆ ਹੋ ਨਿਆ ਸੀ ਕਿ ਜੀ ਫਟਾਫਟ ਟੇਬਲ ਤੇ ਪਹੁੰਚੇ ਰਹੁੰਦੀਆਂ ਪਿੱਟ ਦੀਆਂ ਫੁਲਕੀਆਂ ਤੁਮਾਂ ਨਿਕਲਦੀਆਂ ਉਹ ਵੀ ਦਹੀਂ ਚ ਸੋਟ ਛੜੀਆਂ ਮੈਂ ਕਿਹਾ ਪਿੱਠੰਡੀਆਂ ਹੋ ਜਾਣੀਆਂ ਜਾ ਕੇ ਤੋ ਬਸ ਜੀ ਇਧਰ ਹਮਨੇ ਫਿਰ ਸਭ ਤੋਂ ਪਹਿਲੇ ਇਹ ਸਮੋਸਿਆਂ ਦਾ ਥੋੜਾ ਜਿਹਾ ਬਚ ਗਿਆ ਮੈਂ ਕਿਹਾ ਦੀ ਮੈਂ ਪਾਪੜੀ ਬਣਾ ਲਵਾਂ ਉਹ ਮੈਂ ਫਰਾਈ ਕਰਕੇ ਕੱਢ ਲਈ ਤੇ ਇੱਥੇ ਜੀ ਮੈਂ ਰੱਖ ਦਿੱਤੇ ਸਮੋਸੇ ਫਰਾਈ ਹੋਣ ਵਾਸਤੇ ਅੱਛਾ ਸਮੋਸੇ ਵੈਸੇ ਬਣੇ ਤੇ ਬੜੇ ਹੀ ਵਧੀਆ ਤੇ ਡੋ ਵੀ ਬੜੀ ਸ਼ਾਨਦਾਰ ਉਹਨਾਂ ਦੀ ਬਣੀ ਤੇ ਮੈਂ ਕਰਦੀ ਤੇ ਸਮੋਸੇ ਫਰਾਈ ਪਈਆਂ ਪਰ ਐ ਹਿਸਾਬ ਲਾਂਦੀ ਪਈਆਂ ਕਿ ਦੁਆਏ ਖੈਰ ਤੇ ਕਿੰਨਿਆਂ ਬੰਦਿਆਂ ਨੂੰ ਬੁਲਾਣਾ ਹੈ ਹੈ ਮਹਿੰਦੀ ਤੇ ਕਿੰਨੇ ਕਿੰਨੇ ਆਣੇ ਤੇ ਬਸ ਜੀ ਇੰਜ ਹੀ ਹੁੰਦਾ ਮੇਰੀ ਨਾ ਪੁੱਫੋ ਲੱਜ ਨਸੀਬ ਕਰੇ ਅੱਬੂ ਕੀ ਕਜ਼ਨ ਥੀ ਉਹਨਕੇ ਨਾ ਮੇਰੇ ਕਜ਼ਨ ਕੀ ਸ਼ਾਦੀ ਥੀ ਤੇ ਉਹਨਾਂ ਨੇ ਇੰਨਾ ਪ੍ਰੈਸ਼ਰ ਲਿਆ ਇੰਨਾ ਪ੍ਰੈਸ਼ਰ ਲਿਆ ਬਿਹੋਸ਼ ਹੋ ਗਏ ਜਦ ਲੈ ਡਾਕਟਰ ਕੋਲ ਗਏ ਨਾ ਤੇ ਅੱਖਾਂ ਖੋਲ ਕੇ ਪਹਿਲਾ ਸਵਾਲ ਇਹ ਹੀ ਪੁੱਛਿਆ ਡਾਕਟਰ ਨੂੰ ਕਿ ਸੋਨੇ ਦਾ ਕੀ ਰੇਟ ਹੈ ਮੈਂ ਕਿਹਾ ਮਾਵਾ ਵਿਚਾਰੀਆਂ ਇਹਨਾਂ ਜੀ ਪਰੇਸ਼ਾਨ ਹੋ ਜਾਂਦੀਆਂ ਨੇ ਤੇ ਇੱਥੇ ਜੀ ਅਸੀਂ ਚਿਕਨ ਜਿਹੜੀ ਰੋਸਟ ਉਹ ਵੀ ਰੈਡੀ ਹੋ ਗਿਆ ਸਮੋਸੇ ਸਾਡੇ ਉਹ ਵੀ ਤਿਆਰ ਹੋ ਗਏ ਅੱਛਾ ਹੁਣ ਜਿਹੜਾ ਅੱਗੋਂ ਤੁਸੀਂ ਵੀਡੀਓ ਦਾ ਕਲਿੱਪ ਵੇਖੋਗੇ ਇਹ ਅਸੀਂ ਪਕਾਇਆ ਸੀ ਮੈਂ ਸਾਰਾ ਖਾਣਾ ਇਫਤਾਰੀ ਤੇ ਲੇਕਿਨ ਮੈਂ ਵੀਡੀਓ ਨਹੀਂ ਬਣਾ ਸਕੀ ਕਿਉਂਕਿ ਮੇਰੇ ਕੋਲ ਨਾ ਮੈਂ ਤੁਹਾਨੂੰ ਕਿਹਾ ਨਾ ਦਿਮਾਗ ਬਹੁਤ ਓਕਿਪਾਈਡ ਹੈ ਤੇ ਅੱਜ ਜੋ ਜੋ ਮੈਂ ਬਣਾਇਆ ਸੀ ਉਹ ਮੈਂ ਸਾਰੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਰਹੀ ਆਂ ਅਗਲੇ ਵੀਡੀਓ ਦੇ ਕਲਿੱਪਸ ਦੇ ਵਿੱਚ ਤੇ ਅੱਗੇ ਹੁਣ ਜਿਹੜੇ ਮੇਰੇ ਵਲੌਗਸ ਆਣਗੇ ਨਾ ਉਹਨਾਂ ਦੇ ਵਿੱਚ ਜਿਹੜੀਆਂ ਮੈਂ ਰੈਸਪੀਆਂ ਪਹਿਲੇ ਬਣਾਈਆਂ ਨੇ ਉਹ ਸਭ ਮੈਂ ਸ਼ੇਅਰ ਕਰੂੰਗੀ ਆਪਣੇ ਨਵੇਂ ਫਾਲੋਅਰਸ ਦੇ ਸਾਥ ਪੁਰਾਣਿਆਂ ਨੂੰ ਵੀ ਜ਼ਰਾ ਉਹ ਰੈਸਪੀਆਂ ਦੁਬਾਰਾ ਵੇਖਣ ਨੂੰ ਮਿਲਣਗੀਆਂ ਮੇਰਾ ਵੀ ਥੋੜਾ ਜਿਹਾ ਟਾਈਮ ਬਚੇਗਾ ਜਿਹਦੇ ਵਿੱਚ ਮੈਂ ਆਪਣੇ ਕੰਮ ਕਰ ਸਕਾਂਗੀ ਤੇ ਮੈਨੂੰ ਵੀਡੀਓ ਬਣਾਉਣ ਦੀ ਰੈਸਪੀ ਬਣਾਉਣ ਦੀ ਏ ਡਿ ਟੈਨਸ਼ਨ ਨਹੀਂ ਹੋਣੀ ਤੇ ਇੱਥੇ ਜੀ ਅਸੀਂ ਆਏ ਸਾਂ ਬਾਹਰ ਸ਼ਾਪਿੰਗ ਕਰਨ ਚੀਜ਼ਾਂ ਲੈਣ ਕਿਉਂਕਿ ਕੱਲ ਜੋ ਹੈ ਸ਼ਾਮ ਦਾ ਖਾਣਾ ਸਮਝ ਲੈ افਤਾਰੀ ਸਮਝ ਲੈ ਵਹੀ ਥੀ ਤੇ ਮੈਂ ਖੀਰ ਬਣਾਣੀ ਸੀ ਤੇ ਨਾਲ ਮੈਂ ਗਾਜਰਾਂ ਲਈਆਂ ਕੰਡੈਂਸ ਮਿਲਕ ਲਿਆ ਦੁੱਧ ਲਿਆ ਔਰ ਦੋ ਪੈਕਟ ਇਹਦੇ ਚ ਗਾਜਰਾਂ ਦੇ ਸਨ ਤੇ ਇੱਕ 6.0 ਮਿਲਕ تھا ਔਰ ਇੱਕ 4.0 تھا ਔਰ ਤਿੰਨ ਡੱਬੇ ਜਿਹੜੇ ਨੇ ਉਹ ਖੀਰ ਮਿਕਸ ਦੇ ਸਨ ਤੇ ਕਰੀਮ ਸੀ ਤੇ ਨਾਲ ਇਹਦੇ ਜੀ ਸੀ ਵਿੱਚ ਕੰਡੈਂਸ ਮਿਲਕ ਸੀ ਤੇ ਅਸੀਂ ਜੀ ਇਹਨੂੰ ਫਿਰ ਚੁੱਲੇ ਤੇ ਰੱਖਣਾ ਸੀ ਤੇ ਇਹਨੂੰ ਫਿਰ ਅਸੀਂ ਰੱਖ ਕੇ ਚੁੱਲੇ ਤੇ ਚੰਗਾ ਦੁੱਧ ਨੂੰ ਕਾੜਨਾ ਸੀ ਤੇ ਫਿਰ ਅਸੀਂ ਉਹਦੇ ਵਿੱਚ ਪਾਣੀ ਆ ਸੰ ਚੀਸਾ ਪਰ ਉਹ ਤੇ ਮੈਂ ਰੱਖ ਦਿੱਤਾ ਗਾਜਰਾਂ ਨੂੰ ਮੈਂ ਇਧਰ ਸਾਈਡ ਤੇ ਕੀ ਕਹਿੰਦੇ ਨੇ ਲਾਚੀ ਤੇ ਬਟਰ ਪਾ ਕੇ ਉਹਨਾਂ ਦਾ ਪਾਣੀਦਲਾ ਸੁਕਾ ਲਿਆ ਪੁੰਨ ਲਿਆ ਤੇ ਅਖੀਰ ਮਿਕਸ ਜਿਹੜਾ ਐ ਮੈਂ ਵਾਰੀ ਵਾਰੀ ਉਬਲਦੇ ਹੋਏ ਦੁੱਧ ਦੇ ਵਿੱਚ ਗਰਮ ਜਿਹੜਾ ਹੋ ਚੁੱਕਿਆ ਸੀ ਉਹਦੇ ਚ ਪਾ ਦਿੱਤਾ ਨਾਲ ਹੀ ਫਿਰ ਜਿਹੜੀਆਂ ਮੈਂ ਗਾਜਰਾਂ ਪੁੰਨੀਆਂ ਸਨ ਉਹ ਪਾ ਦਿੱਤੀਆਂ ਤਾਂ ਕਿ ਸਾਨੂੰ ਜਿਹੜੀ ਐ ਨਾ ਉਹਦੀ ਜ਼ਰਾ ਕੰਮ 'ਚ ਆਸਾਨੀ ਹੋ ਜਾਵੇ। ਲਿਆ ਚਲੋ ਮੈਂ ਕਿੱਜ ਨਹੀਂ देर ਇਹ ਪੱਕਦੀਆਂ ਨੇ ਓਨੀਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਜਿਹੜਾ ਕਰੇਲਿਆਂ ਦੇ ਨਾਲ ਪਿਆਜ਼ ਫਰਾਈ ਕਰਨਾ ਉਹਦਾ ਪੈਕੇਟ ਬਣਾ ਕੇ ਮੈਂ ਇਸ ਤਰ੍ਹਾਂ ਰੱਖ ਲਿਆ ਇਹਨੂੰ ਸਾਡ ਤੇ ਕੀਤਾ ਤਾਂ ਮੈਂ ਕਿਹਾ ਚਲੋ ਇਹ ਜਿਹੜਾ ਦੂਸਰਾ ਪਿਆਜ ਜਿਹੜਾ ਮੈਂ ਕਰੇਲਿਆਂ ਦੇ ਗੋਸ਼ਤ ਵਿੱਚ ਪਾਉਣਾ ਸੀ ਐ ਮੈਂ ਉਹ ਕੱਟ ਕੇ ਉੱਤੇ ਮੈਂ ਸਾਰਾ ਲੇਖ ਲਿਆ ਤਾਂ ਕਿ ਸਵੇਰ ਮੈਂ ਕਿਤੇ ਮਿਕਸ ਨਾ ਹੋ ਜਾਵਾਂ ਤੇ ਮੈਂ ਕਿਹਾ ਹੁਣੇ ਚ ਖੀਚੀ ਵੀ ਚਮਚਾ ਫੇਰ ਲਵਾਂ ਕਿਤੇ ਥੱਲੇ ਨਾ ਲੱਗ ਜਾਏ ਤੇ ਬਸ ਇਹ ਮੈਂ ਫਿਰ ਸ਼ਾਇਦ ਪਿੰਡੀਆਂ ਵਾਸਤੇ ਜਿਹੜਾ ਹੈ ਉਹ ਕੱਟ ਕੇ ਰੱਖ ਲਿਆ ਤੇ ਇਸ ਤਰ੍ਹਾਂ ਹੀ ਪਿਆਜ਼ ਜਿਹੜਾ ਇਹ ਸਾਰਾ ਪੈਕਟਾਂ ਦੇ ਵਿੱਚ ਸਿੱ ਕਰਕੇ ਆਪਣਾ ਰੈਡੀ ਫੜਿਆ ਨੂੰ ਤੇ ਮੈਂ ਕਿਹਾ ਨੂੰ ਮੈਂ ਰੱਖਾਂ ਫ੍ਰਿਜ ਮੇਰਾ ਪਿਆਜ਼ਾਂ ਦਾ ਤੇ ਕੰਮ ਮੁੱਕ ਗਿਆ ਔਰ ਇਹਨੂੰ ਮੈਂ ਫਿਰ ਫ੍ਰਿਜ ਰੱਖ ਕੇ ਘਰ ਦਿੱਤਾ ਬੰਦ ਇਧਰ ਮੈਂ ਕਰੇਲਿਆਂ ਨੂੰ ਨਮਕ ਲਾਇਆ ਸੀ ਮੈਂ ਕਿਹਾ ਇਹਨਾਂ ਨੂੰ ਵੀ ਮੈਂ ਚੰਗੀ ਤਰ੍ਹਾਂ ਮਲ ਕੇ ਇਹਨਾਂ ਨੂੰ ਮੈਂ ਤੋਲਾਂ ਕਰੇਲੇ ਮੈਂ ਛਿੱਲੇ ਨਹੀਂ ਵੀ ਕਰੇਲੇ ਮਹਿੰਗੇ ਹੀ ਇੰਨੇ ਸਨ ਤੇ ਬਸ ਆ ਵੇਖੋ ਇਹ ਵੀ ਤੋਕੇ ਸਾਈਡ ਤੇ ਘਰ ਛੱਡੇ ਜਿਹੜੇ ਵੇਲੇ ਪਾਣੀ ਇਹਨਾਂ ਦਾ ਨੁੱਚੜ ਗਿਆ ਤੇ ਮੈਂ ਇਹਨਾਂ ਨੂੰ ਵੀ ਬੈਗ ਵਿੱਚ ਪਾ ਕੇ ਬੈਗ ਨੂੰ ਸੀਲ ਕਰਕੇ ਮੈਂ ਕਿਹਾ ਇਹਨਾਂ ਨੂੰ ਵੀ ਮੈਂ ਫ੍ਰਿਜ ਵਿੱਚ ਰੱਖ ਦਿਆਂ ਲੋ ਜੀ ਤੇ ਅੱਜ ਤੁਹਾਡੇ ਘਰ ਜਿਸ ਤਰ੍ਹਾਂ ਕੱਲ ਮਹਿਮਾਨਾਂ ਨੇ ਆਣਾ ਤੇ ਸਾਰੀ ਨਾਈਟ ਬਿਫੋਰ ਪ੍ਰੈਪਰੇਸ਼ਨ ਜਿਹੜੀ ਹੈ ਉਹ ਹੋ ਰਹੀ ਸੀ ਪਿਆਜ਼ ਵੀ ਕੱਟ ਕੇ ਫ੍ਰਿਜ ਰੱਖ ਲਏ ਪਲਾ ਦੇ ਅਲੈਦਾ ਔਰ ਇਹਦੇ ਪਿੰਡੀਆਂ ਦੇ ਅਲੈਦਾ ਪਿੰਡੀਆਂ ਵੀ ਕੱਟ ਕੇ ਰੱਖ ਲਈਆਂ ਪਿੰਡੀਆਂ ਨੂੰ ਮੈਂ ਇਸ ਤਰ੍ਹਾਂ ਫਿਰ ਬੈਗ ਚ ਪਾ ਕੇ ਇਸ ਤਰ੍ਹਾਂ ਜਿਹੜਾ ਹੈ ਇਹਨਾਂ ਨੂੰ ਮੈਂ ਉਹ ਕਰ ਲਿਆ ਤੇ ਫ੍ਰਿਜ ਦੇ ਵਿੱਚ ਰੱਖ ਦਿੱਤਾ ਐ ਵੇਖੋ ਔਰ ਇਹ ਹਮਨੇ ਪਿਆਜ਼ ਵੀ ਇਸ ਤਰ੍ਹਾਂ ਸੇ ਰੱਖ ਲੀਏ ਇਧਰ ਜੀ ਮੈਂ ਕੰਡੈਂਸ ਮਿਲਕ ਖੋਲਦੀ ਪਈ ਸਾਂ ਇਹਨੂੰ ਫਿਰ ਅਸੀਂ ਇਹਦੇ ਚ ਪਾਉਣਾ ਸੀ ਦੁੱਧ ਦੇ ਵਿੱਚ ਇਹ ਖੀਰ ਬੜੀ ਗਜਰੇਲਾ ਬੜਾ ਹੀ ਮਜ਼ੇਦਾਰ ਬਣਦਾ ਹੈ کریم ਜਿਹੜੀ ਹੈ ਸਾਡੇ ਘਰ ਗਾਂ ਜਾਂ ਮੱਝ ਜਿਹੜੀ ਹੁੰਦੀ ਸੀ ਨਾ ਜਿਹੜੇ ਉਹਨੇ ਕੋਈ ਬੱਚੀ ਆ ਬੱਚਾ ਦੇਣਾ ਉਸ ਤੋਂ ਬਾਅਦ ਜਿਹੜਾ ਉਹਦਾ ਪਹਿਲਾ ਸਹੀ ਦੁੱਧ ਹੁੰਦਾ ਸੀ ਉਹਦੀ ਅੰਮੀ ਖੀਰ ਬਣਾਉਂਦੇ ਹੁੰਦੇ ਸਨ ਤੇ ਇਹ ਜੀ ਜਿੰਜਰ گارਲਿਕ ਜਿਹੜਾ ਤੋਕੇ ਮੈਂ ਕਿਹਾ ਮੈਂ ਇਹ ਵੀ ਗ੍ਰाइंड ਕਰਕੇ ਪਾਸੇ ਤੇ ਕਰਾਂ ਤਾਂ ਕਿ ਮੈਨੂੰ ਨਾ ਫਿਰ ਲਾਸਟ ਮਿੰਟ ਤੇ ਕੁਕਿੰਗ ਮੈਟ ਕਰ ਸਕਾਂ ਤੇ ਮੈਨੂੰ ਟੈਨਸ਼ਨ ਨਾ ਹੋ ਇੱਥੇ ਜੀ ਖੀਰ ਵਾਸਤੇ ਜਿਹੜੇ ਮੈਂ ਪਿਸਤੇ ਬਦਾਮ ਰੱਖੇ ਸਨ ਮੈਂ ਫਿਰ ਉਹਨਾਂ ਨੂੰ ਵੀ ਗ੍ਰाइंड ਕਰਕੇ ਸਾਈਡ ਤੇ ਕੀਤਾ ਤਾਂ ਕਿ ਇਹ ਵੀ ਰੈਡੀ ਹੋਣ ਔਰ ਇਹ ਸਾਰੇ ਜੋ ਹੈ ਨਾ ਮੈਨੇ ਸਾਈਡ ਤੇ ਇਸ ਤਰ੍ਹਾਂ ਸੇ ਡਾਲ ਕੇ ਰੱਖ ਲਿਆ ਤੇ ਜੀ ਤੁਸੀਂ ਇਫਤਾਰੀ ਤੇ ਬੁਲਾਣਾ ਹੋਏ ਦਾਵਤ ਤੇ ਬੁਲਾਣਾ ਹੋਏ ਤੁਹਾਡੀ ਤਿਆਰੀ 2-3 ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਏ ਕਿ ਤੁਸੀਂ ਆਪਣਾ ਘਰ ਪਹਿਲਾਂ ਸਾਫ਼ ਕਰੋ ਉਸ ਤੋਂ ਬਾਅਦ ਜਾ ਕੇ ਸ਼ਾਪਿੰਗ ਕਰੋ ਫਿਰ ਤੁਸੀਂ ਇੱਕ ਦਿਨ ਪਹਿਲੇ ਜਿਹੜੀ ਇਹ ਖਾਣੇ ਦੀ ਪ੍ਰੈਪਰੇਸ਼ਨ ਕਰੋ ਤਾਂ ਕਿ ਖਾਣੇ ਵਾਲੇ ਦਿਨ ਜਿਹੜੇ ਦਿਨ ਮਹਿਮਾਨਾਂ ਨੇ ਆਣਾ ਹੈ ਉਸ ਦਿਨ ਤੁਹਾਡੀ ਹਾਲਤ ਵੀ ਕਾਬਲੇ ਕਬੂਲ ਹੋਏ ਘਰ ਵੀ ਸਾਫ਼ ਸੁਥਰਾ ਹੋਏ ਤੇ ਤੁਹਾਡੇ ਖਾਣੇ ਵੀ ਬਿਹਤਰੀਨ ਪੱਕੇ ਹੋਣ ਤਾਂ ਇਹ ਮੇਰੇ ਮਾਮੂ ਆਏ تھے ਤਾਂ ਉਹਨਕੋ ਉਹਨਾਂ ਲਈ ਮੈਨੇ ਇਹ ਖਾਣਾ ਬਣਾਇਆ ਥਾ ਲੇਕਿਨ ਇਹ ਸੇਮ ਖਾਣਾ ਆਪ ਇਫਤਾਰੀ ਕੇ ਲੀਏ ਵੀ ਕਰ ਸਕਤੇ ਹੈਂ ਇਫਤਾਰੀ ਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਤੇ ਇਹ ਤਿੰਨ ਬਣੇ ਸਨ ਡੋਂਗੇ ਸਾਰੇ ਚੀਜ਼ਾਂ ਤੇ ਇਹ ਜੀ ਮੈਂ ਸੋਹਣੀਆਂ ਜੀਆਂ ਤਿਆਰ ਕੀਤੀਆਂ ਵੇਖੋ ਕਿੱਡੀਆਂ ਹੀ ਵਧੀਆ ਲੱਗਦੀਆਂ ਪਈਆਂ ਸਨ ਤੇ ਇਹਨਾਂ ਨੂੰ ਫਿਰ ਜੀ ਫਰਿੱਜ ਵਿੱਚ ਰੱਖ ਦੇਣਾ ਤੇ ਪਾਕਿਸਤਾਨ ਹੁੰਦੀ ਹੈ ਨਾ ਠੂਠੀਆਂ ਵਾਲੀ ਖੀਰ ਉਹਦੇ ਚ ਕਹਿਣ ਲੱਗੀ ਸਨ ਲੱਕੜੀ ਦੇ ਪਾਂਡੇ ਉਹਦੇ ਚ ਪਾਈ ਹੁੰਦੀ ਸੀ ਤੇ ਇਹ ਵੇਖੋ ਜੀ ਹਾਂਡੀ ਬਾਅਦ ਚੋਂ ਖੀਰ ਵਾਲੀ ਅੰਮੀ ਪਕਾਉਂਦੇ ਸਨ ਅਸੀਂ ਜ਼ਰੂਰ ਪੁੰਜਦੇ ਹੁੰਦੇ ਸੀ ਉਹ ਵਾਲੀ ਖੀਰ ਬੜੀ ਮਜ਼ੇਦਾਰ ਲੱਗਦੀ ਹੁੰਦੀ ਸੀ ਉਸ ਖੀਰ ਦਾ ਮਜ਼ਾ ਹੀ ਕੁਛ ਹੋਰ ਹੁੰਦਾ ਸੀ ਤੇ ਜੀ ਇਹ ਵੀ ਫ੍ਰਿਜ ਚ ਗਿਆ ਬੰਦ ਹੋ ਗਿਆ ਤੇ ਮੈਂ ਨਾ ਐਫਿਸ਼ ਲਾਂਦੀ ਸੀ ਫਿਸ਼ ਦਾ ਮਸਾਲਾ ਲਾ ਕੇ ਲੈਮਨ ਲਾ ਕੇ ਮੈਂ ਕਿਹਾ ਮੈਂ ਇਹਨੂੰ ਵੀ ਮੈਰੀਨੇਟ ਕਰਕੇ ਫ੍ਰਿਜ ਰੱਖ ਦਵਾਂ ਕਿਉਂਕਿ ਇਹ ਬੜੇ ਸ਼ੌਕ से ਖਾਤੇ ਹਨ ਸਾਰੇ ਤੋਂ ਇਸ ਕੋ ਵੀ ਜੋ ਹੈ ਨਾ ਮੈਂ ਇਸ ਤਰ੍ਹਾਂ ਸੇ ਮੈਰੀਨੇਟ ਕਰਕੇ ਰੱਖ ਦਿਆ ਤੇ ਇੱਥੇ ਜੀ ਅਗਲਾ ਦਿਨ ਫਿਰ ਸ਼ੁਰੂ ਹੋ ਗਿਆ ਆ ਵੇਖੋ ਸਾਰਾ ਗੋਸ਼ਤ ਮੈਂ ਕੱਢਿਆ ਸਭ ਤੋਂ ਪਹਿਲੇ ਮੈਂ ਕਿਹਾ ਕਿ ਮੈਂ ਚਾਵਲ ਜਿਹੜੇ ਨੇ ਨਾ ਉਹ ਪਿਓ ਛੱਡਾਂ ਕਿਉਂਕਿ ਚਾਵਲ ਜਿਹੜੇ ਨੇ ਨਾ ਐਟ ਲੀਸਟ 2 ਕ ਘੰਟੇ 3 ਘੰਟੇ ਵੀ ਭਿਜੇ ਰਹਿਣ ਤੇ ਬਹੁਤ ਹੀ ਸੋਹਣੇ ਬਣਦੇ ਨੇ ਇਹਨੇ ਲੈਲਾ ਬਾਸਮਤੀ ਰਾਈਸ ਬਲੈਕ ਬੈਗ ਤੇ ਇਹ ਮੈਂ ਅੱਜ ਦਾ ਤੋਂ ਲੈ ਸੰ ਤੇ ਇਹਨਾਂ ਨੂੰ ਮੈਂ 4 ਕੱਪ ਚਾਵਲ ਲੈ ਕੇ ਉਹਨਾਂ ਨੂੰ ਪਿਓ ਕੇ ਰੱਖ ਦਿੱਤਾ ਤੇ ਮੈਂ ਹਮੇਸ਼ਾ ਇੰਜ ਕਰਨੀਆਂ ਬਿਸ਼ੱਕ ਮਹਿਮਾਨਾਂ ਨੇ ਸ਼ਾਮੀ ਆਣਾ ਹੈ ਮੈਂ ਪਲਾਉ ਦਾ ਮਸਾਲਾ ਤਿਆਰ ਕਰਕੇ ਰੱਖ ਲੈਣੀਆਂ ਤੇ ਐਂਡ ਤੇ ਵਿੱਚ ਚਾਵਲ ਪਾ ਕੇ ਟਾਈਮ ਤੇ ਰੈਡੀ ਹੋ ਜਾਂਦੇ ਨੇ ਤੇ ਤਿੰਨ ਪਿਆਜ਼ ਜਿਹੜੇ ਉਹਨਾਂ ਨੂੰ ਬ੍ਰਾਊਨ ਕਰ ਲਿਆ ਉਹਦੇ ਵਿੱਚ ਫਿਰ ਖੜੇ ਮਸਾਲੇ ਪਾ ਕੇ ਉਹਨੂੰ ਚੰਗੀ ਤਰ੍ਹਾਂ ਪੁੰਨ ਕੇ ਪਾਣੀ ਦਾ ਛੱਟਾ ਦੇ ਕੇ ਤੇ ਬਸ ਜੀ ਅਸੀਂ ਉਹਦੇ ਵਿੱਚ ਸੁੱਟ ਦਿੱਤੀ ਮੁਰਗੀ ਹੁਣ ਮੁਰਗੀਆਂ ਮੈਂ ਦੋ ਲਈਆਂ ਸਨ ਠੀਕ ਹੈ ਇਹਦੇ ਵਿੱਚੋਂ ਮੈਂ ਬ੍ਰੈਸਟ ਦੇ ਪੀਸ ਕੱਢ ਲੇ ਮੈਂ ਕਿਉਂਕਿ ਉਹ ਜ਼ਰਾ ਸਖਤ ਹੋ ਜਾਂਦੇ ਨੇ ਤੇ ਉਹ ਮੈਂ ਨਾ ਪਿੰਡੀਆਂ ਚ ਪਾ ਲਾਂਗੀ ਤੇ ਉਹ ਵੀ ਵਧੀਆ ਬਣ ਜਾਏਗਾ ਤੇ ਆ ਵੇਖੋ ਲਸਣ ਪਾ ਕੇ ਪੁੰਨ ਕੇ ਗਰਮ ਮਸਾਲਾ ਕ੍ਰਸ਼ ਚਿਲੀਜ਼ ਨਮਕ ਤੇ ਥੋੜਾ ਜਿਹਾ ਬਰੀਅਨ ਥੋੜਾ ਜਿਹਾ ਪਲਾਉ ਮਸਾਲਾ ਸੀ ਉਹ ਇਹਦੇ ਚ ਪਾਇਆ ਤਿੰਨ ਟਮਾਟਰ ਡਾਲ ਕੇ ਇਸ ਕੋ ਹਮਨੇ ਅੱਛੀ ਤਰ੍ਹਾਂ ਸੇ ਭੁੰਨ ਲੈਣਾ ਹੈ ਦੋ ਤਿੰਨ ਕਟੀਆਂ ਹਰੀਆਂ ਮਿਰਚਾਂ ਉਹ ਪਾ ਦਿੱਤੀਆਂ ਤੇ ਚਾਰ ਕੱਪ ਚਾਵਲ ਸਨ ਤੇ ਮੈਂ ਇਹਦੇ ਵਿੱਚ ਪੰਜ ਨਹੀਂ 6 ਕੱਪ ਦੇ ਵਿੱਚ ਮੈਂ ਪਾਣੀ ਪਾਇਆ ਤੇ ਐ ਲੋ ਜੀ ਇਧਰ ਹੁਣ ਮੈਂ ਰੱਖਣ ਲੱਗੀ ਜੇ ਕਰੇਲਿਆਂ ਵਾਸਤੇ ਗੋਸ਼ਟ ਮੈਂ ਕਿਹਾ ਇਹਨੂੰ ਮੈਂ ਰੱਖ ਦਵਾਂ ਬੰਦ ਕਰਕੇ ਯਾਨੀ ਮੈਂ ਬਾਅਦ ਚ ਪਕਾਵਾਂਗੀ ਇੱਕ ਪਾਸੇ ਕਰਕੇ ਹਾਂਡੀ ਇੱਥੇ ਹੁਣ ਰੱਖਣ ਲੱਗਿਆਂ ਜੇ ਅਸੀਂ ਕਰੇਲਿਆਂ ਵਾਸਤੇ ਗੋਸ਼ਤ ਗੋਸ਼ਤ ਅਸੀਂ ਚਪਾ ਕੇ ਲਸਣ ਅਤੇ ਜੜਾਏ ਉਹ ਇਹਦੇ ਚ ਸੁੱਟਿਆ ਪਿਆਜ਼ ਪੈਕਟ ਚ ਕਟਿਆ ਘਟਾਇਆ ਔਰ ਸੋੜਤਾ ਤਿੰਨ ਚਾਰ ਟਮਾਟਰ ਸੁੱਟੇ ਐ ਸੁੱਟੀਆਂ ਲਾਲ ਮਿਰਚਾਂ ਹਲਦੀ ਨਮਕ ਵੀ ਤੋੜ ਦਿਆ हमने ਇਸਕੇ ਅੰਦਰ ਸੁੱਟਾ ਤੇਲ ਔਰ ਇਸਕੋ ਮੈਨੇ ਲਗਾ ਦਿਆ ਪ੍ਰੈਸ਼ਰ ਬਸ ਇਹਨੂੰ ਹੁਣ ਜਿਹੜਾ ਨਾ ਭੁੰਨਣਾ ਮੈਂ ਕਰੇਲਿਆਂ ਦੇ ਵਿੱਚ ਹੀ ਤੇ ਇਹਨੂੰ ਮੈਂ ਪ੍ਰੈਸ਼ਰ ਲਾ ਕੇ ਇੱਥੇ ਮੈਂ ਰੱਖਣ ਲੱਗਿਆਂ ਆ ਆਲੂ گوشਤ ਤੇ ਤਿਆਰੀ ਕਰਨ ਲੱਗਿਆ ਪਿਆਜ਼ ਬ੍ਰਾਊਨ ਕਰਕੇ ਲਸਣ ਅਦਰਕ ਉਹ ਇਹਦੇ ਚ ਪਾ ਲਿਆ ਥੋੜਾ ਜਿਹਾ ਜੀਰਾ ਪਾਇਆ ਇਹ हमने ਇਸ ਵਿੱਚ گوشਤ ਡਾਲ ਦਿਆ ਇਹ ਕੋਈ ਮੇਰਾ ਖਿਆਲੇ 1 ਕਿਲੋ ਹੋਏਗਾ ਨਮਕ ਮਿਰਚ ਹਲਦੀ ਸੁੱਕਾ ਧਨੀਆ ਜੀਰਾ ਉਹ ਇਹਦੇ ਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਇਸ ਤਰ੍ਹਾਂ ਪਕਿਆ ਆਲੂ گوشਤ ਵੀ ਬਹੁਤ ਹੀ ਮਜ਼ੇਦਾਰ ਬਣਦਾ ਕੋਈ ਚਾ ਟਮਾਟਰ ਇਹਦੇ ਚ ਪਾ ਕੇ ਇਹਨਾਂ ਨੂੰ ਪੁੰਨ ਕੇ ਇਹਦੇ ਵਿੱਚ ਹੀ ਪਾਣੀ ਪਾ ਕੇ ਮੈਂ ਇਹਨੂੰ ਦੂਸਰੇ ਚੁੱਲੇ ਤੇ ਜਾ ਕੇ ਪਕਣ ਵਾਸਤੇ ਰੱਖ ਦਿੱਤਾ ਤਾਂ ਕਿ ਇਥੋਂ ਚੁੱਲਾ ਫ੍ਰੀ ਹੋਏ ਤੇ ਮੈਂ ਇੱਥੇ ਫਟਾਫਟ ਕਰੇਲੇ ਜਿਹੜੇ ਨੇ ਨਾ ਉਹ ਤਿਆਰ ਕਰਾਂ ਕਿਉਂਕਿ ਕਰੇਲਿਆਂ ਦਾ ਜਿਹੜਾ ਹੈ ਮੈਂ گوشਤ ਉਹ ਮੈਂ ਰੱਖ ਦਿੱਤਾ ਇਨਸਟੈਂਟ ਪੌਟ ਵਿੱਚ ਪੱਕਣ ਵਾਸਤੇ ਤੇ ਇੱਥੇ ਕਰੇਲੇ ਥੋੜੇ ਜਿਹਾ ਬ੍ਰਾਊਨ ਕਰਕੇ ਵੇਖੋ ਪਿਆਜ਼ ਕੱਟੇ ਸਨ ਕਿੰਨੀ ਆਸਾਨੀ ਹੋ ਗਈ ਤੇ ਇਧਰ گوشਤ ਸਾਡਾ ਇਨਸਟੈਂਟ ਪੌਟ ਵਿੱਚ ਬੜਾ ਸੋਹਣਾ ਗਲ ਗਿਆ ਤੇ ਬਸ ਮੈਂ ਕਰੇਲਿਆਂ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਪੁੰਨ ਕੇ ਉੱਤੇ ਦਹੀਂ ਪਾ ਕੇ ਤੇ ਬਸ ਇਹਨੂੰ ਮੈਂ ਜਿਹੜਾ ਨਾ ਦਮ ਤੇ ਰੱਖ ਦਿੱਤਾ ਤੇ ਬੜਾ ਹੀ ਸ਼ਾਨਦਾਰ ਧਾਮ ਲੱਗਿਆ બસ ਹਾਂ ਜੀ ਇਹਨੂੰ ਅਸੀਂ ਦਮ ਤੇ ਰੱਖ ਦੇਣਾ ਤੁਸੀਂ ਵੇਖੋ ਕਿੰਨੀ ਜਲਦੀ ਜਲਦੀ ਚੀਜ਼ਾਂ ਜਿਹੜੀਆਂ ਉਹ ਬਣੀਆਂ ਔਰ ਕਿੰਨਾ ਹੀ ਆਰਾਮ ਹੋਇਆ ਬਸ ਜੀ 5 ਮਿੰਟ ਬਾਅਦ ਇਹਨੂੰ ਸਾਰੇ ਨੂੰ ਮੈਂ ਮਿਕਸ ਕਰ ਦਿੱਤਾ ਇਸ ਤਰ੍ਹਾਂ ਤੇ ਇਹਨੂੰ ਮੈਂ ਕਰ ਦਿੱਤਾ ਸਾਈਡ ਤੇ ਇੱਥੇ ਹੋਣ ਲੱਗੀ ਜੇ ਪਿੰਡੀਆਂ ਦੀ ਤਿਆਰੀ ਤੇਲ ਪਾ ਕੇ ਅਸੀਂ ਪਿਆਜ਼ ਜਿਹੜੇ ਨੇ ਉਹ ਇਹਦੇ ਵਿੱਚ ਸੁੱਟ ਦਿੱਤੇ ਨੇ ਇੱਥੇ ਹੁਣ ਮੈਂ ਟਮਾਟਰ ਕੱਟਦੀ ਪਈਆਂ ਪਿਆਜ਼ਾਂ ਤੇ ਟਮਾਟਾ ਨੂੰ ਅਸੀਂ ਬਸ ਬਰਾਊਨ ਨਹੀਂ ਕਰਨਾ ਇੰਜ ਸੋਨਾ ਜਾ ਕਰ ਲੈਣਾ ਵੀ ਥੋੜੇ ਜਿਹਾ ਨਰਮ ਹੋ ਜਾਣ ਤੇ ਬਸ ਜੀ ਇਹਨਾਂ ਨੂੰ ਕੱਢ ਲਿਆ ਸਾਈਡ ਤੇ ਆ ਵੇਖੋ ਇਹ ਪਿੰਡੀਆਂ ਦੀ ਤਿਆਰੀ ਇਹਦੇ ਵਿੱਚ ਅਸੀਂ ਪਾਵਾਂਗੇ ਤੇਲ ਤੇ ਇਹਦੇ ਵਿੱਚ ਅਸੀਂ ਸੁੱਟਾਂਗੇ ਆਪਣੀਆਂ ਪਿੰਡੀਆਂ ਪਿੰਡਿਓਂ ਕੋ ਹਮਨੇ ਸੋਤੇ ਕਰ ਲੈਣਾ ਹੈ ਵੀ ਇਹਨਾਂ ਦੀ ਜਰਾ ਕੱਚੀਆਂ ਪੱਕੀਆਂ ਪੱਕ ਜਾਣ ਨਾਲ ਹੀ ਅਸੀਂ ਇਹਦੇ ਤੇ ਪਾ ਦਿੱਤਾ ਪਿਆਜ਼ ਤੇ ਟਮਾਟਰ ਜਿਹੜੇ ਅਸੀਂ ਪਹਿਲਾਂ ਪਕਾਏ ਸਨ ਤੇ ਇਹਦੇ ਨਾਲ ਨਾਲ ਜਿਹੜੇ ਗੋਸ਼ਟ ਜਾਣੇ ਨਾਲ ਬੜਾਈ ਵਧੀਆ ਪੱਕਣਾ ਇੱਕ ਸਾਈਡ ਤੇ ਇਹਨੂੰ ਵੀ ਕਰਕੇ ਇੱਥੇ ਮੈਂ ਚਿਕਨ ਦਾ ਮਸਾਲਾ ਤਿਆਰ ਕਰਨ ਲੱਗੀਆਂ ਜਿਹਦੇ ਵਿੱਚ ਫਿਰ ਅਸੀਂ ਪਿੰਡੀਆਂ ਪਾਣੀਆਂ ਨੇ ਉਹ ਵੇਖੋ ਪਿੰਡੀਆਂ ਉਹਦੇ ਨਾਲ ਹੀ ਪਈਆਂ ਅਜੇ ਤੋ ਇਹ ਬੋਨਲੈਸ ਪੀਸਿਸ تھے ਜੋ ਮੈਨੇ ਕਢ ਲਏ تھے ਉਸਮੇਂ ਸੇ ਤੇ ਇਹਨੂੰ ਲਸਣ ਪਿਆਜ਼ ਦੇ ਨਾਲ ਅਸੀਂ ਸੋਣਾ ਜਾ ਫਰਾਈ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਪੁੰਨਣਾ ਇਹਦੇ ਚ ਨਮਕ ਮਿਰਚ ਔਰ ਹਲਦੀ ਬਸ ਡਾਲ ਕੇ ਤੋ ਇਸਕੋ ਅਚੀ ਤਰ੍ਹਾਂ ਸੇ ਭੁਨੇ ਕਿ ਇਹਦਾ ਰੰਗ ਜਿਹੜਾ ਨਾ ਗੋਸ਼ਤ ਦਾ ਉਹ ਬਹੁਤ ਸੋਣਾ ਹੋ ਜਾਏ ਦਹੀਂ ਪਾ ਕੇ ਇਹਨੂੰ ਫਿਰ ਚੰਗੀ ਤਰ੍ਹਾਂ ਪੁੰਨਣਾ ਦਹੀਂ ਡਾਲ ਕੇ ਇਸਕੋ ਅਚੀ ਤਰ੍ਹਾਂ ਸੇ ਭੁੰਨ ਕੇ ਇਸਕੋ ਹਲਕੀ ਆਗ ਤੇ ਰੱਖ ਦੇ ਤਾਂ ਕਿ ਗੋਸ਼ਤ ਚੰਗੀ ਤਰ੍ਹਾਂ ਗਲ ਜਾ ਜਿਹੜੇ ਗਲ ਗਿਆ ਉਸ ਵਲੇ ਅਸੀਂ ਪਿੰਡੀਆਂ ਸਾਰੀਆਂ ਇਦਿ ਚ ਪਾ ਦੇਣੀਆਂ ਨੇ ਤੁਸੀਂ ਵੇਖੋ ਕਿੱਡੀਆਂ ਸ਼ਾਨਦਾਰ ਜੜੀਆਂ ਨੇ ਉਹ ਪਿੰਡੀਆਂ ਲੱਗਦੀਆਂ ਪਈਆਂ ਨੇ ਤੇ ਬਸ ਮੈਂ ਕਹਿੰਨੀ ਆ ਤੁਹਾਡਿਆਂ ਆਪਣੇ ਪਿਆਰਿਆਂ ਨਿਆਣਾ ਇਹਨਾਂ ਤੁਹਾਨੂੰ ਬੜਾਈ ਚਾ ਚੜਦਾ ਇੱਥੇ ਸਾਡਾ ਆਲੂ ਗੋਸ਼ਤ ਦਾ ਜਿਹੜਾ ਗੋਸ਼ਤ ਉਹ ਵੀ ਪੁੱਜ ਗਿਆ ਸੀ ਉਹਨੂੰ ਮੈਂ ਪੁੰਨ ਕੇ ਉਹਦੇ ਚ ਮੈਂ ਆਲੂ ਪਾ ਕੇ ਤੇ ਉਹਨੂੰ ਮੈਂ ਜਿਹੜਾ ਨਾ ਪੁੰਨ ਲਿਆ ਤੇ ਲੋ ਜੀ ਪਾਣੀ ਪਾ ਕੇ ਅਸੀਂ ਇਹਨੂੰ ਵੀ ਰੱਖ ਦਿੱਤਾ ਸਾਈਡ ਤੇ ਟਕਣਾ ਦੇ ਕੇ ਤੇ ਬਸ ਇਹ ਵੀ ਪੱਕਦਾ ਰਹੇਗਾ ਵਿੱਚ ਪਾ ਦਿੱਤੀ ਸੁੱਕੀ ਮੇਥੀ ਤੇ ਲੋ ਜੀ ਹੁਣ ਮੈਂ ਕਿਹਾ ਇਹਦੇ ਵਿੱਚ ਮੱਤਨੀਆਂ ਪਾ ਦਵਾ ਤੇ मामੂ ਜੀ ਆ ਗਏ ਤੇ ਮੈਂ ਕਿਹਾ फटाफट ਚਾਵਲ ਜਿਹੜੇ ਨੇ ਉਹ ਰੱਖਾਂ ਤਾਂ ਕਿ ਗਰਮ ਗਰਮ ਫਿਰ ਅਸੀਂ ਚਾਵਲ ਜਿਹੜੇ ਨੇ ਉਹ ਸਰਵ ਕਰ ਇੱਥੇ ਜੀ ਚਾਵਲਾਂ ਨੂੰ ਅਸੀਂ ਰੱਖ ਦਿੱਤਾ ਦਮ ਤੇ ਬਿਲਕੁਲ ਹਲਕੀ ਅੱਗ ਤੇ 15 ਮਿੰਟ ਤੋਂ 20 ਮਿੰਟ ਤੱਕ ਤੇ ਦਮ ਦੀ ਸਾਰੀ ਗੇਮ ਜੇ ਬਸ ਤੇ ਇੱਥੇ ਪਿੰਡੀਆਂ گوشਤ ਜਿਹੜੀਆਂ ਨੇ ਉਹ ਵੀ ਸਾਡਾ ਬੜਾ ਜ਼ਬਰਦਸਤ ਸਾਲਨ ਜਿਹੜਾ ਹੈ ਉਹ ਤਿਆਰ ਹੋ ਗਿਆ ਉੱਤੇ ਅਸੀਂ ਪਾਇਆ ਤੰਨੀਆਂ ਤੇ ਤੰਨੀਆਂ ਨਾਲ ਤੇ ਮਕਾਨੀਆ ਖਾਣਾ ਵਧੀਆ ਲੰਦਾ ਇੱਥੇ ਨਾਲ ਹੀ ਮੈਂ ਆਪਣੀ ਫਰੈਂਡ ਦੇ ਘਰ ਖਾਣਾ ਭੇਜਣਾ ਸੀ ਤੇ ਉਹਨਾਂ ਦੇ ਮੈਂ ਬਾਕਸਿਸ ਦੇ ਵਿੱਚ ਖਾਣਾ ਨਾਲ ਨਾਲ ਉਹਨਾਂ ਦਾ ਵੀ ਕੱਢ ਦਿੱਤਾ ਆਪਣਾ ਵੀ ਆਲੂ گوشਤ ਤਿਆਰ ਹੋ ਗਿਆ ਕ੍ਰੇਲੇ گوشਤ ਤਿਆਰ ਹੋ ਗਿਆ ਇੱਥੇ ਜੀ ਚਾਵਲ ਜਿਹੜੇ ਨੇ ਉਹ ਵੇਖੋ ਕਿੱਡਾ ਸੋਹਣਾ ਚਾਵਲਾਂ ਨੂੰ ਜਿਹੜਾ ਹੈ ਉਹ ਦਮ ਲੱਗਦਾ ਪਿਆਸੀ ਔਰ ਚਾਵਲ ਜਿਹੜੇ ਨੇ ਉਹ ਸਾਡੇ ਬੜੇ ਸੋਹਣੇ ਖਿਲੇ-ਖਿਲੇ ਬਣੇ ਤੇ ਤੁਸੀਂ ਵੀ ਟਰਾਈ ਕਰਿਓ ਬਸ ਗੱਲ ਸਾਰੀ ਦਮ ਦੀ ਹੈ ਦਮ ਸੋਨਾ ਲੱਗਾ ਤੇ ਚਾਵਲ ਤੁਹਾਡੇ ਬੜੇ ਹੀ ਵਧੀਆ ਬਣਦੇ ਨੇ ਤੇ ਇੱਥੇ ਕਰੇਲੇ گوشਤ ਸੀ ਸਲਾਦ ਸੀ ਪਲਾਉ ਸੀ ਔਰ ਪਿੰਡੀਆਂ ਸੀ ਤੇ ਇਫਤਾਰੀ ਵਾਸਤੇ ਬੈਸਟ ਮੀਨੂ ਹੈ ਤੁਸੀਂ ਫੈਮਿਲੀ ਨੂੰ ਬੁਲਾਓ ਤੇ ਇਫਤਾਰੀ ਚ ਜ਼ਰੂਰ ਬਣਾਓ ਬੜਾ ਸਾਰਿਆਂ ਨੂੰ ਚੰਗਾ ਲੱਗੇਗਾ ਤੋਂ ਜੀ ਯਹਾਂ ਪੇ ਸਾਰੇ ਖਾਣਾ ਖਾ ਰਹੇ تھے मामੂ ਜੀ ਬੜਾ ਇੰਜੋਏ ਕਰ ਰਹੇ تھے ਫੂਡ ਕੋ ਤੇ ਮੈਨੂੰ ਯਾਦ ਆਇਆ ਕਿ ਹੋ ਫਿਸ਼ ਤੇ ਫ੍ਰਿਜ ਦੇ ਵਿੱਚ ਹੀ ਰਹਿ ਗਈ ਫਟਾਫਟ ਜੀ ਮੈਂ ਜਾ ਕੇ ਫਿਸ਼ ਜਿਹੜੀ ਉਹ ਮੈਰੀਨੇਟ ਹੋਈ ਸੀ ਕੱਢੀ ਉਹਨੂੰ ਫਰਾਈ ਕੀਤਾ ਔਰ ਬੜੀ ਜ਼ਬਰਦਸਤ ਜਿਹੜੀ ਉਹ ਫਰਾਈ ਹੋਈ ਔਰ ਨਿੰਬੂ ਉੱਤੇ ਮੈਨੇ ਚੋੜਿਆ ਔਰ ਗਰਮ ਗਰਮ ਜਿਹੜੀ ਇਹ ਮਛਲੀ ਮੈਂ ਕਿ ਮੈਂ ਜਾ ਕੇ ਜਾ ਕੇ ਨਾ ਆਪਣੇ मामੂ ਜੀ ਨੂੰ ਦਵਾ ਉਹ ਖਾਣ ਤੇ ਉਹ ਖੁਸ਼ ਹੋਣ मामੂ ਸਾਡੇ ਆਂਦੇ ਹੁੰਦੇ ਹੁੰਦੇ ਸਨ ਨਾ ਤੇ ਮੇਰੀ ਅੰਮੀ ਨੂੰ ਪਾਕਿਸਤਾਨੀ ਚਾ ਚੜ ਜਾਂਦਾ ਹੁੰਦਾ ਸੀ ਕਿ ਉਹਨਾਂ ਦਾ ਭਰਾ ਆਇਆ ਬੜਾ ਖੁਸ਼ ਹੁੰਦੇ ਸਨ ਤੇ ਇਹ ਬਾਕਸਿਸ ਜੋ ਹੈ ਇਹ ਨਹੀਦ ਮੇਰੀ ਫਰੈਂਡ ਜੋ ਹੈ ਇਹ ਮੈਨੇ ਉਹਨਕੇ ਘਰ ਭੇਜਵਾਨੇ ਥੇ ਔਰ ਐਸਾ ਸਾਰਾ ਕੁਝ ਮੈਂ ਤਿਆਰ ਕਰ ਦਿੱਤਾ ਤੇ ਇੱਥੇ ਜੀ ਖੀਰ ਜਿਹੜੀ ਉਹ ਵੀ ਲਿਆਂਦੀ ਅਸੀਂ ਠੰਡੀ ਠੰਡੀ ਉਹ ਦਿੱਤੀ ਤੇ ਅੰਮੀ ਬੜਾ ਖੁਸ਼ ਹੁੰਦੇ ਹੁੰਦੇ ਸਨ ਕਹਿੰਦੇ ਹੁੰਦੇ ਸਨ ਮੈਨੂੰ ਤਸਵੀਰਾਂ ਭੇਜੋ ਕੀ मामੂ ਤੁਹਾਡੇ ਆਏ ਸਨ ਤੇ ਕੀ ਖਾ ਖਾਧਾ ਉਹਨਾਂ ਨੇ ਕੀ ਪਕਾਇਆ ਸੀ ਤੇ ਜਿਹੜੇ मामੂ ਦੀਆਂ ਤਸਵੀਰਾਂ ਭੇਜਣੀਆਂ ਤੇ ਅੰਮੀ ਨੇ ਕਿਹਾ ਕਿ ਭਰਾ ਤੇ ਮੇਰਾ ਬੜਾ ਹੀ ਮਾੜਾ ਹੋ ਗਿਆ मामੂ ਸਾਡੇ ਚੰਗੇ ਭਲੇ ਲੱਗਦੇ ਹੁੰਦੇ ਸਨ ਤੇ ਅੰਮੀ ਨੇ ਕਿਹਾ ਭਰਾ ਭਰਾ ਤੇ ਸ ਮੇਰਾ ਮਾੜਾ ਹੀ ਹੋ ਗਿਆ ਤੇ ਬਸ ਜੀ ਦਿਨ ਜਿਹੜਾ ਸੀ ਉਹ ਮੁੱਕਦਾ ਪਿਆ ਸੀ ਪਰ ਕੰਮ ਨਹੀਂ ਮੁੱਕੇ ਪਾਂਡਿਆਂ ਦਾ ਟੋਕਰਾ ਮੇਰੇ ਵਾਸਤੇ ਤਿਆਰ ਸੀ ਕਿ ਹਮ ਵੀ ਪੜੇ ਹੈ ਰਾਹੋਂ ਮੇ ਹੈ ਭਾਂਡੇ ਧੋਨੇ ਵਾਲੇ ਦਿਲ ਥਾਮ ਕੇ ਚੱਲ ਸਾਰੇ ਮਾਂਜਣੇ ਹੈ ਬਸ ਜੀ ਡਿਸ਼ਵਾਸ਼ਰ ਦਾ ਵੀ ਮੂੰਹ ਖੁੱਲਾ ਸੀ ਹੈ ਤੇ ਜੀ ਮੈਂ ਬਰਤਨ ਤੇ ਪਲੇਟਾਂ ਜਿਹੜੇ ਸਾਨੂੰ ਸਾਰੇ ਇਹਦੇ ਚ ਲਾਏ ਡਿਸ਼ਵਾਸ਼ਰ ਚ ਤੋ ਜੀ ਆਈ ਹੋਪ ਆਪਕੋ ਅੱਜ ਕਾ ਵਲੌਗ ਅੱਛਾ ਲੱਗਾ ਹੋਗਾ ਬਸ ਮੇਰੇ ਵਾਸਤੇ ਵੀ ਦੁਆ ਕਰੋ ਟਾਈਮ ਬਹੁਤ ਥੋੜਾ ਵਿੱਚ ਮੇ ਤੇ ਮੈਨੂੰ ਦੁਆਵਾਂ ਚ ਯਾਦ ਰੱਖੋ ਤੇ ਅੱਲਾ ਤੁਹਾਡੇ ਵੀ ਦਿਲ ਦੀਆਂ ਸਾਰੀਆਂ ਮਰਾਦਾਂ ਪੂਰੀਆਂ ਕਰੇ ਇਨਸ਼ਾਅੱਲਾ ਮਿਲਾਂਗੇ ਨੈਕਸਟ ਵਲੌਗ ਚ ਅੱਲਾ ਹਾਫਿਜ਼